ਮਿੰਟੂ ਜੀ ਹੁਣ ਇੱਕ ਢਾਬੇ ਦਾ ਵੀ ਰੌਲਾ ਪੈ ਗਿਆ ਜੀ ਕਹਿੰਦੇ ਕਿ ਉਹਦੇ ਵਿੱਚ ਵੀ ਕਹਿੰਦੇ ਕਿ ਬਾਈ ਸਿਆਸੀ ਦਖਲ ਤਾਂ ਉਹ ਵੀ ਦੋਸ਼ ਲਾ ਰਹੇ ਨੇਗੇ ਕਹਾਣੀ ਹੈ ਜਿਹੜੀ ਇਹ ਹੈਗੀ ਹੈਗੀ ਸਮਾਲਸਰ ਦੀ ਹੈਗੀ ਨਹੀਂ ਉਹ ਤੁਸੀਂ ਕਵਰ ਕਰਕੇ ਆਏ ਹੋ ਜੀ ਤੁਸੀਂ ਉਹ ਸਾਰਿਆਂ ਨਾਲ ਗੱਲਬਾਤ ਕੀਤੀ ਹੈ ਮੈਂ ਤੇ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਉਹਨੂੰ ਚੰਗੀ ਤਰ੍ਹਾਂ ਬਿਆਨ ਦਿਓ ਜੀ ਜੋ ਮੈਂ ਮੈਂ ਉਹਨੂੰ ਥੋੜਾ ਕਵਰ ਕਰਦਾ ਤੇ ਉਸ ਤੋਂ ਬਾਅਦ ਅਸੀਂ ਅਸੀਂ ਉਹਨੂੰ ਸੁਣਾਗੇ ਤਾਂ ਸਾਨੂੰ ਵੀ ਕੁਝ ਪੱਲੇ ਪਵੇਗਾ ਬਿਲਕੁਲ ਬਿਲਕੁਲ ਤਾਂ ਇਹ ਬੇਸਿਕਲੀ ਜਿਹੜਾ ਮਾਮਲਾ ਸੀ ਮਿੰਟੂ ਜੀ ਸੀਗਾ ਪਰਿਵਾਰਕ ਕਲੇਸ਼ ਦਾ ਤਾਂ ਪਰਿਵਾਰਕ ਕਲੇਸ਼ ਦਾ ਮੀਆਂ بیوی ਦਾ ਕਲੇਸ਼ ਸੀਗਾ ਜੀ ਤਾਂ ਉਹ ਕੀ ਇੱਕ ਨਿੱਕੇ ਬਈ ਵਿਆਹ ਹੁੰਦਾ 2008 ਦੇ ਆਸ-ਪਾਸ ਉਸ ਤੋਂ ਬਾਅਦ ਆ ਕੇ ਉਹਨਾਂ ਦਾ 2020 ਜਾਂ 18 ਦੇ ਆਸ-ਪਾਸ ਮੈਨੂੰ ਪਤਾ ਨਹੀਂ ਸਨ ਪੱਕਾ ਉਹਦੇ ਵਿੱਚ ਆ ਕੇ ਉਹਨਾਂ ਦਾ ਚਲੋ ਡਿਸਪਿਊਟ ਪੈਦਾ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦਾ ਕੋਰਟ ਕੇਸ ਚੱਲਦਾ ਪ੍ਰਾਪਰਟੀ ਨੂੰ ਲੈ ਕੇ ਇਸ ਦਰਮਿਆਨ ਕਹਿੰਦੇ ਕਿ ਉਹਨਾਂ ਦਾ ਇੱਕ ਢਾਬਾ ਸੀਗਾ ਤਾਂ ਉਹ ਢਾਬਾ ਜਿਹੜਾ ਸੀਗਾ ਜੀ ਤਾਂ ਉਹ ਉਹਨਾਂ ਨੇ ਪਹਿਲਾਂ ਲੀਜ਼ ਦੇ ਉੱਤੇ ਸਾਂਝੇ ਤੌਰ ਤੇ ਉੱਤੇ ਦਿੰਦੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਵੀ ਜਿਹੜੇ ਇਕਲਵੰਤ ਜੀ ਆ ਤੇ ਉਧਰਲੇ ਪਾਸੋਂ ਸੁਮਨ ਜੀ ਇਹ ਭੈਣ ਜੀ ਨਾਰੇ ਘਰ ਵਾਲੀ ਹੈ ਤਾਂ ਉਹਨਾਂ ਨੇ ਕਹਿੰਦੇ ਕਿ ਜਰੂਰ ਡਿਸਪਿਊਟ ਖਾਸਾ ਵੱਧ ਗਿਆ ਤਾਂ ਉਹਨਾਂ ਦੀ ਵਾਈਫ ਨੇ ਕਹਿੰਦੇ ਕਿ ਇਹਦੇ ਉੱਤੇ ਸਟੇ ਲੈ ਲਿਆ 2020 ਦੇ ਵਿੱਚ ਆ ਕੇ ਜਿਹੜੀ ਉਹ ਠਾਬੇ ਵਾਲੀ ਪ੍ਰਾਪਰਟੀ ਹੈ ਠਾਬੇ ਵਾਲੀ ਪ੍ਰਾਪਰਟੀ ਦਾ ਠਾਬੇ ਦੇ ਪਿੱਛੇ ਉਹਨਾਂ ਦਾ ਘਰ ਆ ਮੇਨ ਰੋਡ ਦੇ ਉੱਥੇ ਉਹਨਾਂ ਦੀ ਪਹਿਲੀ ਜਿਹੜੀ ਰੋਡ ਤੇ ਮੜਾ ਜਾ 10 ਇਹ ਮੋਗੇ ਵਾਲੀ ਰੋਡ ਦੇ ਉੱਤੇ ਸਮਾਲ ਸਰ ਅੱਛਾ ਸਮਾਲ ਹਾਂਜੀ ਜਦੋਂ ਟੱਪੋਂਗੇ ਤਾਂ ਇਧਰੋਂ ਮੋਗੇ ਵੱਲ ਨਹੀਂ ਜਾਉਂਗੇ ਤਾਂ ਖੱਬੇ ਟੱਪ ਆਉਂਦਾਗਾ ਜੀ ਜੀ ਤਾਂ ਉਸ ਤੋਂ ਬਾਅਦ ਹੁੰਦਾ ਕਿ ਇਹ ਕਿ ਜੀ 2022 ਦੇ ਵਿੱਚ ਉਹ ਕਿਸਤੀ ਟੁੱਟ ਸਟੇਟ ਟੁੱਟ ਜਾਂਦਾ ਤਾਂ ਉਸ ਤੋਂ ਬਾਅਦ ਉਸ ਤੇ ਉਸ ਸਮੇਂ ਦਰਮਿਆਨ ਤੱਕ ਇਹਨੇ ਕਿ ਜੀ ਅਸੀਂ ਜਿਹੜਾ ਕਿਸੇ ਬੰਦੇ ਨੂੰ ਟਾਬਾ ਦਿੰਦੇ ਹੁੰਦੇ ਸੀ ਲੀਜ਼ ਦੇ ਉੱਤੇ ਪਹਿਲਾਂ ਕਿਸੇ ਹੋਰ ਬੰਦੇ ਨੂੰ ਸੀ ਫਿਰ ਇੱਕ ਹੋਰ ਬੰਦੇ ਨੂੰ ਟਾਬਾ ਦੇ ਦਿੱਤਾ ਨਵੇਂ ਬੰਦੇ ਨੂੰ ਜਿਹੜੇ ਨਵੇਂ ਬੰਦੇ ਨੂੰ ਦਿੱਤਾ ਉਸੇ ਨਾਲ ਹੀ ਦੁਬਾਰਾ ਜਦੋਂ ਇਹ ਲੀਜ਼ ਟੁੱਟ ਜਾਂਦੀ ਹੈ ਮਾਫ ਕਰਨਾ ਸਟੇਟ ਸਟੇਟ ਟੁੱਟ ਜਾਂਦਾ ਉਸ ਤੋਂ ਬਾਅਦ ਜਿਹੜਾ ਕੁਲਵੰਤਰ ਆਏ ਨੇਗੇ ਰਵੀ ਸ਼ਰਮਾ ਜੀ ਉਹ ਕਹਿੰਦੇ ਕਿ ਬਈ ਉਸੇ ਪਾਰਟੀ ਨੂੰ 10 ਸਾਲਾਂ ਵਾਸਤੇ ਐਗਰੀਮੈਂਟ ਤੇ ਦੇ ਦਿੰਦੇ ਆ ਕਿ ਬਈ ਲਓ ਬੀਤੋਂ ਮੈਂ ਲੀਜ਼ ਤੇ ਦਿੱਤਾ ਤੇ ਮੈਂ ਤੁਹਾਡੇ ਤੋਂ ਕੁਝ ਕੁ ਕਰਾਇਆ ਲਊਗਾ ਤੇ ਬਾਕੀ ਨੂੰ ਰੈਨੋਵੇਟ ਕਰਕੇ ਤੁਸੀਂ ਇਹਨੂੰ ਚਲਾਓ। ਜੀ। ਤਾਂ ਉਹ ਜਦੋਂ ਰੈਨੋਵੇਟ ਵਗੈਰਾ ਕਰ ਲੈਂਦੇ ਆ ਉਸ ਤੋਂ ਬਾਅਦ ਉਹਨਾਂ ਦੇ ਘਰ ਵਾਲੀ ਉੱਥੇ ਆ ਜਾਂਦੇ ਆ। ਉਹ ਕਹਿੰਨੇ ਕਿ ਬਈ ਮੈਂ ਕੰਮ ਚੱਲਣ ਨਹੀਂ ਦੇਣਾ। ਉਹ ਰੋਕ ਦਿੰਦੇ ਆ ਕਿ ਕੰਮ। ਤੇ ਰੋਕ ਦਿੰਦੇ ਆ ਕਿ ਉਸ ਤੋਂ ਬਾਅਦ ਦੁਬਾਰਾ ਫਿਰ ਕਹਿੰਨੇ ਕਿ ਬਈ ਸਟੇ ਲੈਣ ਦਾ ਯਤਨ ਕੀਤਾ ਜਾਂਦਾ ਹਾਲੇ ਤੱਕ ਤਾਂ ਇਹ ਹੈ ਕਿ ਜਿਹੜੇ ਕੁਲਵੰਤ ਕੁਲਵੰਤਰ ਆਏ ਉਹ ਤਾਂ ਕਹਿੰਨੇ ਬਈ ਮਿਲਿਆ ਨਹੀਂ ਸਟੇ। ਪਰ ਉਧਰਲੇ ਪਾਸੇ ਉਹਨਾਂ ਦੀ ਵਾਈਫ ਕਹਿੰ ਰਹੀ ਵੀ ਸਾਡਾ ਕੋਟ ਕਿਸ ਚਲਦਾਰ ਪਿਆਗਾ। ਕੱਲ ਨੂੰ ਸਾਡੀ ਤਰੀਕ ਹੈ ਇਸ ਮਾਮਲੇ ਦੇ ਵਿੱਚ। ਇਹ ਤਾਂ ਕਹਾਣੀ ਆ। ਹੋਂ ਤੱਕ ਜਿਹੜੀ ਦੋਨੇ ਮੀਆਂ ਬੀਵੀ ਦੀ ਆ ਇਸ ਦਰਮਿਆਨ ਜਿਹੜੇ ਬੰਦੇ ਨੇ ਉਹਨਾਂ ਤੇ ਇਨਵੈਸਟ ਕੀਤਾ ਉਹ ਕਹਿੰਦੇ ਕਿ ਸਾਡਾ ਕੀ ਕਸੂਰ ਤੁਸੀਂ ਢਾਬਾ ਹੀ ਬੰਦ ਕੇ ਰੱਖ ਕੇ ਰੱਖ ਦਿੱਤਾ ਘੱਟੋ ਘੱਟ ਸਾਨੂੰ ਉਹਨਾਂ ਚੇਰ ਚਲਾ ਲੈਂਦੇ ਤੁਸੀਂ ਕੋਈ ਸਾਂਝਾ ਖਾਤਾ ਖਲਾ ਲਓ ਉਹਦੇ ਵਿੱਚ ਪੈਸਾ ਰੱਖ ਲਓ ਜਿਹਨੂੰ ਕੋਟ ਆਖੂਗੀ ਉਹਨੂੰ ਕਹਿੰਦੇ ਕਿ ਬਈ ਅਸੀਂ ਜਿਹੜਾ ਪੈਸਾ ਸੌਂਪਦੇ ਆਂਗੇ ਉਹਨਾਂ ਚੇਰਾ ਜਿਹੜਾ ਘੱਟੋ ਘੱਟ ਅਸੀਂ ਤਾਂ ਆਪਣਾ ਨੁਕਸਾਨ ਕਰੀਏ ਉਹਨਾਂ ਦਾ ਇਹ ਰੋਣਾਗਾ ਤੇ ਇਸ ਦਰਮਿਆਨ ਜਿਹੜੇ ਕਿ ਕੁਲਵੰਤ رائے ਆ ਉਹ ਕਹਿੰਦੇ ਕਿ ਬਈ ਮੇਰੀ ਘਰ ਵਾਲੀ ਆ ਉਹਦੇ ਕਹਿੰਦੇ ਕਿ ਜਿਹੜੇ ਬ੍ਰਦਰ ਨੇ ਭਾਬ ਕਿੰਨਾ ਦੇ ਰਿਸ਼ਤ ਤਾਂ ਉਹ ਕਹਿੰਦੇ ਕਿ ਬਾਈ ਉਹਨਾਂ ਦੇ ਦੋ ਕਰੀਬੀ ਨੇ ਇੱਕ ਐਮਐਲਏ ਦਾ ਨਾਮ ਲਿਆ ਉਹਨਾਂ ਨੇ ਅਮਰਿਤਪਾਲ ਸੁਖਨਾਂਨ ਜੀ ਦਾ ਤੇ ਦੂਜਾ ਜਿਹੜਾ ਦੋਸ਼ ਲਾਉਂਦੇ ਆ ਉਹ ਮੀਥੇਰ ਦਾ ਨਾਮ ਲੈਂਦੇ ਮੰਤਰੀ ਸਾਹਿਬ ਦਾ ਕਹਿੰਦੇ ਕਿ ਤਿੰਨੋਂ ਕਲਾਸਮੇਟ ਸੀਗੇ ਤੇ ਉਹਨਾਂ ਦੀ ਦਖਲਅੰਦਾਜ਼ੀ ਕਰਕੇ ਇਹ ਕੰਮ ਹੋਇਆ ਹੁਣ ਉੱਥੇ ਆ ਕੇ ਜਥੇਬੰਦੀ ਵਾਲੇ ਆ ਕੇ ਬੈਠ ਕੇ ਆ ਤੇ ਜਥੇਬੰਦੀ ਵਾਲੇ ਆ ਕੇ ਸਾਡੇ ਕੈਮਰੇ ਕੂਮਰੇ ਜਿਹੜੇ ਸਾਰੇ ਤੋੜ ਦਿੱਤੇ ਆ ਜੋ ਕਹਿੰਦੇ ਪਈ ਆ ਕਿਉਂਕਿ ਕੈਮਰੇ ਦਾ ਸੱਸੀ ਸੀ ਸਾਡੇ ਫੋਨ ਸੀਗੇ ਉਹਨਾਂ ਨੂੰ ਹੀ ਸੀ ਕਿੰਦਾ ਨੂੰ ਸਾਰਾ ਕੁਝ ਪਤਾ ਲੱਗ ਨਹੀ ਨਹੀ ਇਹ ਇਨਵੈਸਟਰ ਕਹਿ ਰਿਹਾ ਕਿ ਜਿਹੜਾ ਪ੍ਰਾਪ ਦੋ ਇਨਵੈਸਟਰ ਵੀ ਹੁਕੇਰੇ ਦੋਨੋਂ ਜਾਣੀ ਕਰੇ ਤਾਂ ਇਹ ਕਹਾਣੀ ਹੈ ਮਿੰਟੂ ਜੀ ਤਾਂ ਇਸ ਦਰਮਿਆਨ ਜਿਹੜਾ ਹੁਣ ਮਾਮਲਾ ਤਾਂ ਵੈਸੇ ਕੋਰਟ ਚ ਆਪਾਂ ਕੁਝ ਕਰਤੇ ਸਕਦੇ ਨਹੀਂ ਕੋਈ ਬਹੁਤਾ ਟਿੱਪਣੀ ਵੀ ਨਹੀਂ ਕੁਝ ਹੋ ਸਕਦੀ ਮੇਰੇ ਖਿਆਲ ਨਾਲ ਦੇ ਉਤੇ ਕਿਉਂਕਿ ਵੈਸੇ ਤਾਂ ਇਹ ਕਿ ਪਰਿਵਾਰਕ ਕਲੇਸ਼ ਹੈ ਉਹਨਾਂ ਨੂੰ ਚਾਹੀਦਾ ਕਿ ਵੀ ਦੋਨੋਂ ਮੀਆਂ ਬੀਬੀ ਬੈਠ ਕੇ ਨਿਬੜ ਲੈਣ ਦੋ ਰਿਸ਼ਤੇਦਾਰ ਵਿੱਚ ਪਾ ਕੇ ਨਿਬੜ ਨਹੀਂ ਦੇਣਾ ਦੂਜਾ ਨਹੀਂ ਜਦੋਂ ਜਥੇਬੰਦੀਆਂ ਪੈ ਗਈਆਂ ਜਦੋਂ ਐਦਾਂ ਭਾਈ ਕੋਰਟ ਕਚੈਰੀ ਵਾਲੇ ਚੱਕਰ ਪੈ ਗਿਆ ਫਿਰ ਕਿੱਥੇ ਨਿਬੜਦੇ ਹਾਂ ਹਾਂਜੀ ਹਾਂਜੀ ਤਾਂ ਉਹ ਇਹ ਹੈ ਕਿ ਮਨਜੀਤ ਧਨੀਰ ਜੀ ਉਹਨਾਂ ਦੀ ਜਥੇਬੰਦੀ ਦੇ ਬੰਦੇ ਉੱਥੇ ਬੈਠੇ ਹੋਏ ਆ ਉਹ ਤੁਹਾਨੂੰ ਪਤਾ ਹੀ ਉਹ ਕਹਿੰਗੇ ਕਿ ਅਸੀਂ ਨਹੀਂ ਮੰਨਦੇ ਕੋਰਟ ਨੂੰ ਕੋਰਟ ਨੂੰ ਮੰਨਦੇ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਹੀ ਉਹਨਾਂ ਦਾ ਕੋਈ ਪਤਾ ਨਹੀਂ ਉਹਨਾਂ ਨੂੰ ਰਿਲੀਜ਼ ਕਿਨੇ ਕੀਤਾ ਸੀਗਾ ਜੇ ਕੋਰਟ ਨੇ ਕੀਤਾ ਕਿਉਂਕਿ ਮੈਂ ਇਸ ਕਰਕੇ ਕਹਿ ਰਿਹਾ ਇਧਰਲੇ ਪਾਸੇ ਲੰਬੀ ਹਲਕੇ 'ਚ ਵੀ ਇੱਕ ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਆਇਆ ਸੀ ਫੈਸਲਾ ਆੜਤੀ ਦੇ ਹੱਕ 'ਚ ਉੱਥੇ ਵੀ ਉਹ ਕਿਸਾਨਾਂ ਨਾਲ ਗਏ ਸੀ ਕਿਨੇ ਕਿ ਅਸੀਂ ਤਾਂ ਕੋਰਟ ਨੂੰ ਮੰਨਦੇ ਨਹੀਂ ਹੁਕਮਾਂ ਨੂੰ ਅਸੀਂ ਆ ਕੇ ਪੈੜੀ 'ਚ ਫਸਲ ਵੀਜਾਂਗੇ ਵੜਾਂਗੇ ਉਹ ਹੀ ਹਾਲ ਉੱਥੇ ਹੁੰ ਅਸੀ ਤਾਂ ਐਸਬੀਬੀ ਨਾਲ ੱਧਕਾ ਹੁੰਦਾ ਪਿਆ ਦੂਜੇ ਪਾਸੇ ਤੋਂ ਐਮਐਲਏ ਸਾਹਿਬ ਦਾ ਵੀ ਪੱਖ ਲੈਣ ਦਾ ਯਤਨ ਕੀਤਾ ਚਲੋ ਉਹਨਾਂ ਨੇ ਪੱਖ ਦੇ ਦਿੱਤਾ ਮੇਰੇ ਖਿਆਲ ਨਾਲ ਧੰਨਵਾਦ ਆ ਮਿੰਟੂ ਜੀ ਕਾਰਜ ਦੇਣ ਚਾਹੁੰਦੇ ਕਿਉਂਕਿ ਉਹਨਾਂ ਨੇ ਬੈਕ ਕਾਲ ਆ ਦੇ ਵੈਸੇ ਭਾਗਾ ਨਾਲ ਦੇਨੇ ਆ ਕਿ ਕਿਸੇ ਐਮਐਲਏ ਨੇ ਫੋਨ ਚੁੱਕਿਆ ਹਾਂ ਫੋਨ ਚੁੱਕਿਆ ਤਾਂ ਉਹ ਕਹਿੰਦੇ ਜੀ ਕਿ ਬਈ ਉਹਨਾਂ ਨੇ ਗੱਲ ਕਹਿੰਦੇ ਕਿ ਬਈ ਹਾਂ ਉਹ ਸਾਡਾ ਦੋਸਤ ਜਰੂਰ ਆ ਉਹਦੀ ਸਿਸਟਰ ਆ ਜੇ ਕਿਸੇ ਨਾਲ ਵੀ ਧੱਕੇਸ਼ਾਹੀ ਹੁੰਦੀ ਹੈ ਕਿਸੇ ਵੀ ਕੁੜੀ ਨਾਲ ਜਾਂ ਕਿਸੇ ਵੀ ਬੰਦੇ ਨਾਲ ਕਹਿੰਨੇ ਕਿ ਵੀ ਅਸੀਂ ਉਹਦੇ ਹੱਕ ਚ ਡਟਾਂਗੇ ਦੂਜੀ ਗੱਲ ਇਹ ਕਿ ਬਾਈ ਸਾਡੇ ਅਸੀਂ ਤੈਨੂੰ ਕਲਾਸਮੇਟ ਸੀਗੇ ਕਿਉਂਕਿ ਮੈਂ ਪੁੱਛ ਲਿਆ ਸੀ ਨਾਲ ਹੀ ਮੈਂ ਕਿਹਾ ਮੀਤ ਜੀ ਉਹਨਾਂ ਦਾ ਫੋਨ ਤਾਂ ਬੰਦ ਹੀ ਆ ਰਿਹਾ ਲਗਾਤਾਰ ਜੀ ਮੰਤਰੀ ਸਾਹਿਬ ਮੰਤਰੀ ਸਾਹਿਬ ਦਾ ਉਹ ਕਹਿੰਨੇ ਕਿ ਬਾਈ ਉਹ ਸਾਡੇ ਕਲਾਸਮੇਟ ਸੀ ਅਸੀਂ ਤੈਨੂੰ ਕਲਾਸਮੇਟ ਸੀਗੇ ਤੇ ਅਸੀਂ ਸਾਡੀ ਲਿਆਜ ਪੱਕੀ ਹੈ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਪਰ ਗੱਲ ਇਹ ਕਿ ਬਾਈ ਅਸੀਂ ਦਖਲਅੰਦਾਜ਼ੀ ਹੈ ਜਿਹੜਾ ਕਰਦੇ ਹਾਂ ਨਾ ਉਹ ਕਹਿੰਨੇ ਕਿ ਕਿਸੇ ਨਾਲ ਧੱਕੇਸ਼ਾਹੀ ਨਹੀਂ ਕਰਦੇ ਜੇ ਕਿਸੇ ਦੇ ਮਾਮਲੇ ਸੁਣਦੇ ਵੀ ਹਾਂ ਕਿਸੇ ਦੇ ਮ ਤਸੀ ਬਾਈ ਉਸ ਮਾਮਲੇ ਦੇ ਵਿੱਚ ਆ ਕੇ ਕੋਈ ਇਹ ਨਹੀਂ ਕਰਦੇ ਕਿ ਇੰਟਰਫੀਰੈਂਸ ਇਸ ਤਰ੍ਹਾਂ ਨਾ ਕਰ ਲੀ ਕਿ ਕਿ ਉਹਨਾਂ ਨੂੰ ਚਾਹੀਦਾ ਉਹ ਮੋਤਬਰ ਬੰਦੇ ਨੇ ਚੁਣੇ ਹੋਏ ਨਮਾਇंदे ਨੇ ਜੀ ਚਲੋ ਡਿਸਪਿਊਟ ਪਹਿਲੀ ਗੱਲ ਤਾਂ ਜੇ ਜੇ ਨਿਬੜਦਾ ਤੇ ਘਰ ਜਿਹੜਾ ਨਹੀਂ ਟੁੱਟਣਾ ਚਾਹੀਦਾ ਬੱਚਿਆਂ ਦੀ ਜ਼ਿੰਦਗੀ ਬੜੀ ਪ੍ਰਭਾਵਿਤ ਹਾਂਜੀ ਦੋ ਬੱਚੇ ਬੱਚੇ ਛੋਟੇ ਛੋਟੇ ਹਾਲੇ ਦੂਜੀ ਗੱਲ ਇਹ ਕਿ ਕਈ ਵਾਰ ਨੌਬਤ ਇੱਥੋਂ ਤੱਕ ਆ ਜਾਂਦੀ ਹੈ ਕਿ ਆਪਾਂ ਜ਼ਬਰਦਸਤੀ ਕਿਸੇ ਨੂੰ ਐ ਡੰਗਰ ਵਾਂਗੂ ਸੰਗਲ ਨਹੀਂ ਫੜਾ ਸਕਦੇ ਹਾਂਜੀ ਕਿਉਂਕਿ ਔਰਤ ਦਾ ਮਸਲਾ ਮਰਦ ਦਾ ਮਸਲਾ ਹੈ ਬਿਲਕੁਲ ਤੇ ਇੱਕ ਘਰ ਦਾ ਤੇ ਦੋ ਜ਼ਿੰਦਗੀ ਜਿਨ੍ਹਾਂ ਦੇ ਨਾਲ ਗਾਂ ਜ਼ਿੰਦਗੀਆਂ ਜੁੜੀਆਂ ਉਹਨਾਂ ਦਾ ਮਸਲਾ ਹੈ ਪਰੰਤੂ ਇਹ ਹੈ ਕਿ ਤੁਸੀਂ ਇਹ ਕੋਸ਼ਿਸ਼ ਤੇ ਕਰ ਸਕਦੇ ਹੋ ਕਿ ਜਿਹੜਾ ਇਨਵੈਸਟਰ ਹੈ ਕਿ ਉਹ ਨੂੰ ਕੋਈ ਰਸਤਾ ਕੱਢ ਕੇ ਦਿਓ ਨਾਲੇ ਤੁਹਾਡੀ ਪ੍ਰਾਪਰਟੀ ਦਾ ਕੰਮ ਚੱਲਦਾ ਰਹੇ ਭਈ ਅੱਧੋ-ਅੱਧ ਪੈਸੇ ਚਲੇ ਜਾਣ ਜਾਂ ਕੋਰਟ 'ਚ ਰੱਖੀ ਜਾਓ ਪੈਸੇ ਮੈਂ ਤਾਂ ਕਹੂੰਗਾ ਕਿ ਇਨਵੈਸਟਰ ਚੁੱਪ ਕਰਕੇ ਕੋਰਟ 'ਚ ਜਾਣ ਜੀ ਜਦੋਂ ਮਾਮਲਾ ਡਿਸਪਿਊਟਡ ਤਜ਼ਰਾ ਜੀ ਗੱਲ ਇਹ ਆ ਕਿ ਜਦੋਂ ਤਲਾਕ ਦਾ ਜਾਂ ਸੈਪਰੇਸ਼ਨ ਦਾ ਕੇਸ ਚੱਲਦਾ ਤਾਂ ਪ੍ਰਾਪਰਟੀ ਦਾ ਵੀ ਉੱਥੇ ਨਾਲ ਹੀ ਚੱਲਣਾ ਸਾਰਾ ਕੁਝ ਹਾਂਜੀ ਉਹ ਵੀ ਨਵੇੜਾ ਹੋਏਗਾ ਜੀ ਇਹ ਹੁਣ ਪਹਿਲੀ ਗੱਲ ਤੇ ਆ ਕਿ ਉਹ ਪਤਾ ਨਹੀਂ ਇਨਵੈਸਟਰਸ ਅਣਜਾਣ ਸਨ ਕਿ ਜਾਣਗੇ ਉਹਨਾਂ ਨੇ ਇਹ ਸਾਰਾ ਕੁਝ ਫੇਰ ਹੋ ਉਸ ਤੇ باوجود ਕਿ ਇਹ ਜਾਣਗੇ ਤੇ ਉਹਨਾਂ ਨੂੰ ਜਾਣਦੇ ਸੀਗੇ ਵੈਸੇ ਤਾਂ ਮੇਰੀ ਖਿਆਲ ਫਿਰ ਉਹਨਾਂ ਨੂੰ ਗ੍ਰੇਸ ਕਰਨਾ ਚਾਹੀਦਾ ਸੀ ਦੂਜੀ ਚੀਜ਼ ਕਿ ਹੁਣ ਉਹ ਉਹਨਾਂ ਦੇ ਕੋਲ ਤਾਂ ਰਸਤਾ ਇੱਕੋ ਵੱਜਦਾ ਕਿਸਾਨ ਯੂਨੀਅਨ ਵਾਲੇ ਜੇ ਬੈਠੇ ਉਹਨਾਂ ਨੇ ਲਾਗੇ ਨਹੀਂ ਲੱਗਣ ਦੇਣਾ ਉੱਥੇ ਹਾਂਜੀ ਉਹਦੇ ਲੱਗੇ ਨਹੀਂ ਲੱਗਣ ਦੇਣਗੇ ਨਹੀਂ ਲੱਗਣ ਦੇਣਗੇ ਪਰ ਗੱਲ ਇਹ ਆ ਕਿ ਪਰਿਵਾਰਕ ਝਗੜੇ ਦੇ ਵਿੱਚ ਜਥੇਬੰਦੀਆਂ ਚ ਇਦਾਂ ਆਉਣ ਕੇ ਇਨਵੋਲ ਹੋਣ ਗਿਆ ਤੇ ਉਹ ਆਪਣੇ ਹਿਸਾਬ ਨਾਲ ਰਿਜ਼ਲਟ ਕੱਢ ਦੇਣ ਕਿ ਫਲਾਣਾ ਸੱਚਾ ਫਲਾਣਾ ਝੂਠਾ ਹੈ ਜੀ ਤਾਂ ਇਹ ਵੀ ਆਪਣੇ ਆਪ ਦੇ ਵਿੱਚ ਅੱਗੇ ਜਾ ਕੇ ਵੇਖਣ ਵਾਲੀ ਗੱਲ ਹੋਏਗੀ ਕਿ ਕਿੰਨਾ ਕੁ ਮਸਲਾ ਜਿਹੜਾ ਫਿਰ ਸਾਰਥਕ ਰਹੇਗਾ ਜਥੇਬੰਦਕ ਤੌਰ ਤੇ ਦੂਜੀ ਗੱਲ ਇਹ ਆ ਕਿ ਚਲੋ ਕੋਈ ਕਹਿ ਰਿਹਾ ਮੈਂ ਕੋਰਟ ਨੂੰ ਨਹੀਂ ਮੰਨਦਾ ਜਾਂ ਮੰਨਦਾ ਉਹ ਉਹਨਾਂ ਦੀ ਆਪਣੀ ਮਰਜ਼ੀ ਆ ਭਾਈ ਬਹੁਤ ਸਾਰੇ ਲੋਕ ਇਸ ਤਰ੍ਹਾਂ ਕਹਿੰਦੇ ਆ ਅਜੇ ਸੀ ਤੱਕੇ ਨਾਲ ਨਹੀਂ ਮੰਨਾਂਗੇ ਇੱਥੇ ਤਾਂ ਲੋਕ ਇੱਥੇ ਤੱਕ ਕਹਿ ਦਿੰਦੇ ਕਿ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਹਾਂਜੀ ਨਹੀਂ ਮੰਨਦੇ ਚਲੋ ਉਹਨਾਂ ਦੀ ਮਰਜ਼ੀ ਆ ਭਾਈ ਜੋ ਕੁਝ ਵੀ ਆ ਪਰ ਜਿਹੜਾ ਇਨਵੈਸਟਰਸ ਆ ਉਹਦਾ ਤਾਂ ਘਰ ਲੱਗਿਆ ਨਾ ਦਾ ਤੇ ਜੀ ਤਾਂ ਉਹ ਰੁਖ ਕਰੇ ਅਦਾਲਤ ਦਾ ਚਾਰੋ ਜੇ ਚਾਰਾ ਜੁਈ ਕਰੇ ਕਿ ਭਾਈ ਇਹਨਾਂ ਦੇ ਝੰਜੜੇ ਦੇ ਵਿੱਚ ਜਸਟ ਐ ਮੈਂ ਇਹ ਰੈਂਟਲ ਡੀਡ ਕੀਤੀ ਆ ਜਾਂ ਲੀਜ਼ ਡੀਡ ਕੀਤੀ ਆ ਉਸ ਟਾਈਮ ਕੋਈ ਕੋਰਟ ਸਟੇ ਹੈ ਹੀ ਨਹੀਂ ਸੀਗਾ ਜੀ ਠੀਕ ਹੈ ਜੀ ਤਾਂ ਮੈਂ ਉਸ ਦੇ ਮੁਤਾਬਕ ਕੀਤੀ ਹੈ ਮੇਰੀ ਇੰਨੀ ਇਨਵੈਸਟਮੈਂਟ ਹੈ ਜੇ ਤੇ ਦੋਨੇ ਸਹਿਮਤ ਹੋ ਕੇ ਮੋੜਨਾ ਚਾਹਣ ਤੇ ਮੈਨੂੰ ਮੋੜ ਦਿਓ ਤੇ ਜੇ ਦੋਨੇ ਚਾਹੁੰਦੇ ਆ ਅਸੀਂ ਪੈਸੇ ਇੱਥੇ ਰੱਖ ਦਿੰਨੇ ਆ ਅਖੀਰ ਚ ਜਿਹਨੂੰ ਜਾਣੇ ਆ ਜਾਂ ਜਿਸ ਹਿਸਾਬ ਨਾਲ ਜਾਣੇ ਆ ਭਾਈ ਅਸੀਂ ਉਹਨੂੰ ਦੇ ਦੇਾਂਗੇ ਜਾਂ ਅਸੀਂ ਬੈਂਕ 'ਚ ਛੁੱਟੀ ਚੰਨੇ ਆ ਜੀ ਇਹ ਖਾਤਾ ਜੋਇੰਟ ਖਾਤਾ ਖਿਲਾ ਲੈਣ ਕੁਝ ਇਸ ਤਰ੍ਹਾਂ ਦਾ ਹੱਲ ਲੱਭਣਾ ਚਾਹੀਦਾ ਨਾ ਇਨਵੈਸਟਰ ਦਾ ਕੀ ਕਸੂਰ ਹੈ ਜੀ ਅਸੀਂ ਇਹ ਦੇਖਦੇ ਨਹੀਂ ਇਨਵੈਸਟਮੈਂਟ ਫਿਰ ਅਸੀਂ ਰੋਨੇ ਸਾਡੇ ਇੱਥੇ ਕੋਈ ਇਨਵੈਸਟਮੈਂਟ ਨਹੀਂ ਲੈ ਕੇ ਆਉਂਦਾ ਕਿਸੇ ਨੇ ਕੋਈ 50 ਲੱਖ ਦੀ ਇਨਵੈਸਟਮੈਂਟ ਤੇ ਕੀਤੀ ਹੋਏਗੀ ਨਾ ਨਹੀਂ ਉਹ ਤਾਂ ਕੋਨੇ ਬੜੀ ਮੂਟੀ ਇਨਵੈਸਟਮੈਂਟ ਕੀਤੀ ਹੈਗੀ ਅੱਧੇ ਕਰੋੜ ਦੇ ਨੇੜੇ ਤੇਰੇ ਕਹਿੰਦੇ ਬਾਕੀ ਪਤਾ ਨਹੀਂ ਚਲੋ ਮੰਨ ਲਓ 50 ਲੱਖ ਦੀ ਇਨਵੈਸਟਮੈਂਟ ਆ ਤੇ 50 ਲੱਖ ਦੀ ਇਨਵੈਸਟਮੈਂਟ ਨਾਲ ਉਹਨਾਂ ਨੇ ਉੱਥੇ ਕਿੰਨਾ ਰੋਜ਼ਗਾਰ ਦੇਣਾ ਸੀਗਾ ਆ ਤੁਸੀਂ ਦੇਖਦੇ ਹੋ ਨਾ ਤਗੜੇ ਢਾਬੇ ਆ ਤਨੌਲੇ ਤਨੌਲੇ ਵਾਲਾ ਜੀ ਫਲਾਣੇ ਵਾਲਾ ਤੋ ਕਿੰਨੇ ਵਰਕਰ ਕੰਮ ਕਰਦੇ ਔਰ ਹੁਣ ਤਾਂ ਦੁਕਾਨਾਂ ਖੁੱਲ ਜਾਂਦੀਆਂ ਨੇ ਅੱਗੇ ਬਿਲਕੁਲ ਆ ਫਲਾਣੀ ਹਵੇਲੀ ਆ ਫਲਾਣਾ ਇਹ ਉੱਥੇ ਦੁਕਾਨਾਂ ਖੁੱਲ ਜਾਂਦੀਆਂ ਮੈਂ ਛੋਟੀ ਜੀ ਮਾਰਕੀਟ ਬਣ ਜਾਂਦੀ ਆ ਹਾਂਜੀ ਤਾਂ ਅਸੀਂ ਇਨਵੈਸਟਰਸ ਦਾ ਹਿੱਤ ਵੀ ਤਾਂ ਸੋਚੀਏ ਨਾ ਜੀ ਚਲੋ ਮੀਆਂ ਬੀਬੀ ਅਸੀਂ ਤੇ ਅਪੀਲ ਕਰਦੇ ਆ ਕਿ ਕਿਸੇ ਦਾ ਬਈ ਘਰ ਨਾ ਟੁੱਟੇ ਹਰ ਦਾ ਘਰ ਬਚਾ ਲਓ ਜੀ ਇੱਥੇ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਨਾ ਮੇਰੇ ਵਰਗੇ ਉਹਨਾਂ ਦਾ ਕੰਮ ਕੀ ਹੁੰਦਾ ਹੈ ਕਿ ਇੱਕ ਉਧਰੋਂ ਜਾ ਕੇ ਕਹਿੰਦਾ ਇੱਕ ਉਧਰੋਂ ਕਹਿੰਦਾ ਜੀ ਤੇ ਸ਼ਾਮ ਨੂੰ ਉਧਰੋਂ ਵੀ ਪੈਗ ਲਾ ਕੇ ਉਧਰੋਂ ਵੀ ਪੈਗ ਲਾ ਕੇ ਇਕੱਠੇ ਹੋ ਕੇ ਕਿਸੇ ਥਾਂ ਤੇ ਸਿਕਟਾਂ ਫੂਕਦੇ ਫਿਰਦੇ ਹੁੰਦੇ ਆ ਜੀ ਆਹ ਪਿੰਡਾਂ 'ਚ ਇਸ ਤਰ੍ਹਾਂ ਹੀ ਹੁੰਦਾ ਹੈ ਨਾ ਜੀ ਦੋ ਲੜਪੇ ਦੋ ਪ੍ਰਾਏ ਇੱਕ ਉਹਦੇ ਮਗਰ ਚਲੇ ਜਾਂਦਾ ਇੱਕ ਉਹਦੇ ਮਗਰ ਚਲੇ ਜਾਂਦਾ ਹਾਂਜੀ ਦੋਨਾਂ ਨੂੰ ਲੜਾ ਕੇ ਦੋਨਾਂ ਨੂੰ ਥਾਣਿਆਂ ਦੇ ਰਾਹ ਪਾ ਕੇ ਆਪ ਮੁਰਗੇ ਦੀਆਂ ਟੰਗਾਂ ਖਾ ਕੇ ਸ਼ਾਮ ਨੂੰ ਆਪ ਇਕੱਠੇ ਹੁੰਦੇ ਦੋਨੇ ਜਿਹੜੇ ਲੜਾਉਣ ਵਾਲੇ ਹੁੰਦੇ ਆ ਜੀ ਤਾਂ ਇਸ ਕਰਕੇ ਭਾਈ ਇਸ ਚੀਜ਼ ਤੋਂ ਗੁਰੇਜ਼ ਕਰੋ ਬਿਲਕੁਲ ਬਿਲਕੁਲ ਇਹ ਘਰ ਬਚਦਾ ਤਾਂ بچਾਓ ਹਾਂ ਜ਼ਬਰਦਸਤੀ ਨਹੀਂ ਕੀਤੀ ਜੀ ਸਰ ਜੀ ਤੁਸੀਂ ਕਿਸੇ ਨਾਲ ਜ਼ਬਰਦਸਤੀ ਸਾਥ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਤਾਂ ਉਸ ਸੂਰਤ ਵਿੱਚ ਤੁਸੀਂ ਦੇਖੋ ਕਿ ਤੀਜੇ ਬੰਦੇ ਦਾ ਕੀ ਕਸੂਰ ਹੈ ਜੀ ਜੇ ਤੇ ਉਹਨਾਂ ਨੇ ਕੋਈ ਗੁਨਾਹ ਕਰ ਦਿੱਤਾ ਹੈ ਜੀ ਫਿਰ ਤੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਜੇ ਉਹ ਬਿਲਕੁਲ ਕੈਦੇ ਦੇ ਮੁਤਾਬਕ ਆਏ ਨਹੀਂ ਜੀ ਤਾਂ ਫਿਰ ਉਹਨਾਂ ਦਾ ਇਨਵੈਸਟਮੈਂਟ ਜਿਹੜਾ ਹੈ ਮੇਰੇ ਖਿਆਲ ਦੇ ਨਾਲ ਉਹਦੇ ਬਾਰੇ ਸੋਚਣਾ ਚਾਹੀਦਾ ਬਿਲਕੁਲ 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 ਜੀ ਇਧਰੋਂ ਅ ਕਿਰਨਿੰਦਰ ਜੀ ਕਿਰਨਿੰਦਰ ਚਾਹਲ ਜੀ 스웨덴 ਤੋਂ ਦੇਖ ਰਹੇ ਜੀ ਸੋਹਣਾ ਪ੍ਰੋਗਰਾਮ ਆ ਚਲੋ ਧੰਨਵਾਦ ਤੁਹਾਡਾ ਜੀ ਤੇ ਨਾਲ ਹੀ ਮੀਤ ਬਲੌਗਸ ਮੈਂ ਕੋਈ ਗੱਲ ਇੱਕ ਮਿੰਟ ਰੁੱਕ ਕੇ ਲੈਣਾ ਤੁਹਾਡਾ ਕਮੈਂਟ ਜਸਵੀਰ ਜੀ ਕਹੇ ਰਹੇ ਜ਼ਰੂਰ ਘਰ ਟੁੱਟਦਾ ਇੰਦਾ ਪਤੀ ਪਤਨੀ ਲੱਗ ਹੁੰਦੇ ਤਾਂ ਬੱਚਿਆਂ ਦੀ ਜ਼ਿੰਦਗੀ ਤੇ ਬਹੁਤ ਮਾੜਾ ਅਸਰ ਪੈਂਦਾ ਜੀ ਕਿਨੇ ਅੱਛਾ ਇਹ ਸੈਪਰੇਸ਼ਨ ਆਪਾਂ ਇੰਡੀਆ ਦੀ ਜੇ ਤੁਸੀਂ ਦੇਖੋਗੇ ਨਾ ਤਲਾਕ ਦਰ ਸਾਡਾ ਪੰਜਾਬੀਆਂ ਦਾ ਜਿਹੜਾ ਹੁਣ ਤਲਾਕ ਦਰ ਦਾ ਇਸ ਵੇਲੇ ਮੈਂ ਅੱਜ ਤੋਂ 3-4 ਸਾਲ ਪਹਿਲਾਂ ਇੱਕ ਮੀਡੀਆ ਰਿਪੋਰਟ ਪੜ੍ਹੀ ਸੀ ਬਹੁਤ ਜ਼ਬਰਦਸਤ ਉਹਨਾਂ ਤੋਂ ਪਤਾ ਨਹੀਂ ਕੀ ਰਿਸ਼ ਹੋਏਗੀ ਤਾਂ ਜੋ ਕੌਮੀ ਪੱਧਰ ਦੀ ਤਲਾਕ ਦਰ ਉਹ ਤੋਂ ਸਾਡੀ ਦੁੱਗਣੀ ਐ ਇਸ ਵੇਲੇ ਪੰਜਾਬੀਆਂ ਦੀ ਅੱਛਾ ਜੀ ਹਾਂ ਜੀ ਦੁੱਗਣੀ ਐ ਤਾਂ ਉਹ 4 ਸਾਲਾਂ ਚ ਬਦਲ ਗਿਆ ਹੋਵੇ ਕੋਈ ਅੰਕੜਾ ਮੈਂ ਕਹਿ ਨਹੀਂ ਸਕਦਾ 4 ਕੁ ਸਾਲ ਪਹਿਲਾਂ ਮੈਨੂੰ ਯਾਦ ਹੈ ਤਾਂ ਕਹਿੰਦਾ ਮਤਲਬ ਇਹ ਹੈ ਕਿ ਇੰਨੇ ਤਲਾਕ ਦੇ ਕੇਸ ਸਾਡੇ ਅਦਾਲਤਾਂ ਚ ਨਾਲੇ ਤਾਂ ਉਹ ਵਰਕ ਲੋਡ ਵੱਧਦਾ ਜੀ ਨਾਲੇ ਉਹ ਜ਼ਿੰਦਗੀਆਂ ਕਈ ਕਈ ਸਾਲ ਰੁੱਲਦੀਆਂ ਰਹਿੰਦੀਆਂ ਨੇ ਜੀ ਹਾਂ ਠੀਕ ਹੈ ਕਿਤੇ ਔਰਤ ਗਲਤ ਹੋ ਸਕਦੀ ਹੈ ਕਿਤੇ ਬੰਦਾ ਗਲਤ ਹੋ ਸਕਦਾ ਹੈ ਦੋਨੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਸੰਪੂਰਨ ਆ ਜੀ ਜਾਂ ਦੋਨਾਂ ਚ ਕੋਈ ਇੱਕ ਨਹੀਂ ਕਹਿ ਸਕਦਾ ਕਿ ਸਾਰੇ ਇਦਾਂ ਸੰਪੂਰਨ ਆ ਜੀ ਤਾਂ ਕਿਸੇ ਨਾ ਕਿਸੇ ਚ ਕੋਈ ਕਮੀ ਹੁੰਦੀ ਆ ਘਰਾਂ ਦੇ ਵਿੱਚ ਮਾਨਸਾ ਬਹੁਤ ਕੁਝ ਹੁੰਦਾ ਹੈ ਕਬੀਲਦਾਰੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਐਸਾ ਇਮਤਿਹਾਨ ਆ ਜੀ ਜਿਹੜਾ ਕਦੇ ਮੁੱਕਦਾ ਹੀ ਨਹੀਂ ਉਦਾਂ ਤੇ ਪੇਪਰ ਆ ਗਏ ਕੱਚੇ ਆ ਗਏ ਪੱਕੇ ਆ ਗਏ ਦਿੱਤੇ ਫੇਰ ਚਲੋ ਦੂਜੀ ਕਲਾਸ ਚ ਹੋ ਗਏ ਜੀ 6 ਮਹੀਨੇ 3 ਮਹੀਨੇ ਫੇਰ ਲੰਘ ਗਏ ਸਮੈਸਟਰ ਆ ਗਿਆ ਇਹ ਉਹ ਪਰ ਕਬੀਲਦਾਰੀ ਹਰ ਇੱਕ ਘੜੀ ਤੁਹਾਡਾ ਇਮਤਿਹਾਨ ਲੈਂਦੀ ਹੈ ਤੁਸੀਂ ਉਸ ਇਮਤਿਹਾਨ ਚ ਕਦੇ ਡਿੱਗ ਜਾਨੇ ਹੋ ਕਦੇ ਲੰਘ ਜਾਨੇ ਹੋ ਜੀ ਤਾਂ ਇਹ ਆ ਕਿ ਮੇਰੇ ਖਿਆਲ ਦੇ ਨਾਲ ਸਮਝਣ ਚ ਜਿੱਥੇ ਕਮੀ ਹੈ ਨਾ ਅਸੀਂ ਬਸ ਇਹ ਆ ਕਿ ਮਤਲਬ ਗਲਤੀਆਂ ਇੱਕ ਦੂਜੇ ਦੀਆਂ ਲੱਭਣੀਆਂ ਸ਼ੁਰੂ ਕਰ ਦਿੰਨੇ ਆ ਜੀ ਇੱਕ ਦੂਜੇ ਚੋਂ ਸਾਥ ਨਹੀਂ ਲੱਭਦੇ ਜੀ ਜਦੋਂ ਬੰਦਾ ਸਾਥ ਹੀ ਮੰਨ ਲਵੇ ਨਾ ਕਿਸੇ ਨੂੰ ਜੀ ਫਿਰ ਛੇਤੀ ਕੀਤੇ ਹੋ ਜਿਹੜੀਆਂ ਗਲਤੀਆਂ ਨੇ ਨਾ ਉਹ ਜਿਆਦਾ ਦਿਲ 'ਚ ਨਹੀਂ ਖੁੱਬਦੀਆਂ ਨਜ਼ਰ ਅੰਦਾਜ਼ ਹੋ ਜਾਂਦੀਆਂ ਨੇ ਹਾਂਜੀ ਤੁਸੀਂ ਦੇਖ ਲਓ ਜਿੱਥੇ ਤੁਹਾਡੀ ਬਹੁਤ ਜ਼ਿਆਦਾ ਦੋਸਤੀ ਹੋਏਗੀ ਨਾ ਜੀ ਤੁਹਾਡਾ ਦੋਸਤ ਤੁਹਾਡੇ ਨਾਲ ਛੋਟੀ ਮੋਟੀ ਚਲਾਕੀ ਵੀ ਕਰ ਜਾਏਗਾ ਨਾ ਤੇ ਤੁਸੀਂ ਉੱਥੇ ਮਜ਼ਾਕ ਚਲਾਓਗੇ ਹਾਂਜੀ ਅਗਰ ਉਹ ਚੱਲ ਛੱਡ ਕੋਈ ਨਹੀਂ ਆਹ ਚੱਲਿਆ ਜਾ ਤਾਂ ਇਹ ਇਹ ਚੀਜ਼ ਹੁੰਦੀ ਆ ਅਸੀਂ ਪਤਨੀ ਨੂੰ ਬਸ ਕਈ ਵਾਰ ਓਹੀ ਮਰਦ ਪ੍ਰਧਾਨ ਸਮਾਜ ਅਸੀਂ ਉਹਨੂੰ ਵੀ ਰਸੋਈ ਸਾਂ ਬਣਾ ਲਈਏ ਜੋ ਆਗ ਸਾਂ ਬਣਾ ਲਈਏ ਅਸੀਂ ਉਹਨੂੰ ਉਹ ਦਬਾਉਣ ਦਾ ਯਤਨ ਕਰਦੇ ਹਾਂ ਉਹ ਚੀਜ਼ ਸਾਡੇ ਵਰਨੀ ਉਹ ਗਲਤ ਹੋ ਜਾਂਦੀ ਹੈ ਹਾਂਜੀ ਬਿਲਕੁਲ ਕਈ ਵਾਰ ਇਹੀ ਚੀਜ਼ ਆਪਾਂ ਲਾ ਲਈਏ ਤਾਂ ਦੂਸਰੇ ਐਂਡ ਤੋਂ ਵੀ ਹੋ ਸਕਦੀ ਹੈ ਜੀ ਤਾਂ ਉਹ ਚੀਜ਼ਾਂ ਜਿਹੜੀਆਂ ਘੇ ਵਾ ਜਾਂਦੀਆਂ ਪਰ ਜੇ ਮੰਨ ਲਓ ਅ ਈਗੋ ਕਲੈਸ਼ ਨਾ ਹੋਵੇ ਬਲਕਿ ਸਾਥ ਹੋਵੇ ਕਿਹਾ ਸਾਥ ਬਹੁਤ ਲੰਮਾ ਸਾਥ ਹੈ ਉਸ ਸਫ਼ਰ ਦੇ ਵਿੱਚ ਨੋਕ ਝੋਕ ਵੀ ਆਉਣੀ ਹੈ ਹਾਸਾ ਠੱਠਾ ਵੀ ਆਉਣਾ ਹੈ ਇੱਕ ਦੂਜੇ ਤੇ ਸੁਖ ਦੁੱਖ ਵੀ ਆਉਣਾ ਤੇ ਅਸੀਂ ਨਾਲ ਰਹਿਣਾ ਤਾਂ ਉਹ ਚੀਜ਼ਾਂ ਇਹ ਮੈਨੂੰ ਮੈਨੂੰ ਆਪਣੀ ਮਤਲਬ ਕਿ ਜੋ ਮੇਰੀ ਜ਼ਿੰਦਗੀ ਹੈ ਮੈਂ ਉਹਦੇ ਆਧਾਰ ਤੇ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਨਾ ਸਾਥ ਬਣਾਉਣ ਚ ਕਹਿ ਲੋ ਕਿ ਥੋੜੀ ਕਾਲ ਕਰ ਜਾਂਦੇ ਹੋ ਸਾਥ ਨਹੀਂ ਸਾਡੇ ਤੋਂ ਸਟ੍ਰੌਂਗ ਬਣਦਾ ਜੀ ਬਿਲਕੁਲ 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 ਰਿਸ਼ਤਾ ਤੇ ਗੰਢਿਆ ਹੀ ਜਾਂਦਾ ਉਹ ਤਾਂ ਦੁਨਿਆਵੀ ਵੀ ਹੁੰਦਾ ਬੰਦਾ ਆਪ ਵੀ ਗੰਢ ਲੈਂਦਾ ਤੇ ਅਸੀਂ ਜੇ ਸਾਥ ਬਣਾ ਕੇ ਚੱਲੀਏ ਕਿ ਸਾਡਾ ਸਾਥ ਹੀ ਹੈ ਤੋਂ ਫਿਰ ਮਾੜੀਆਂ ਮੋਟੀਆਂ ਨੋਕਾਂ ਚੋਕਾਂ ਯਾਰ ਇਧਰ ਉਧਰ ਹੋ ਜਾਂਦੀਆਂ ਔਰ ਬਾਕੀ ਅੱਗ ਲੱਗਣਾ ਇੱਥੇ ਨਾ ਰੋਲਾ ਆਪਣੇ ਪੰਜਾਬ ਚ ਪ੍ਰਾਪਰਟੀ ਦਾ ਵੀ ਬੜਾ ਹੈ ਨਾ ਇਹ ਵੀ ਬਹੁਤ ਜਦੋਂ ਮਾੜਾ ਜਾ ਕਿਤੇ ਲੱਗਦਾ ਹੈ ਕਲੇਸ਼ ਫਿਰ ਹੋ ਜਾਂਦਾ ਵੀ ਚਲੋ ਆ ਲੈ ਕੇ ਹਿੱਸਾ ਇਹਨਾਂ ਆਉਣਾ ਹੈ ਤਾਂ ਕੈਲਕੂਲੇਸ਼ਨ ਵੀ ਹੋ ਜਾਂਦੀ ਹੈ ਆਪ ਨਕਰੇ ਨਾਲ ਆਸੀ ਬਸੇਲੇ ਕਰਾਉਂਦੇ ਇਹ ਸੱਚ ਹੈ ਮੇਰੀ ਗੱਲ ਕਿਸੇ ਨੂੰ ਕੌੜੀ ਲੱਗੇ ਤੇ ਮਾਫੀ ਜੀ ਜੀ ਬਿਲਕੁਲ ਬਿਲਕੁਲ ਜੀ ਇਧਰੋਂ ਬੇਦੀ ਸਾਹਿਬ ਕਰੇ ਜੀ ਤਲਾਕ ਦਾ ਮੁਕ ਕਰਨ ਈਗੋ ਤੇ ਓਵਰ ਐਕਸਪੈਕਟੇਸ਼ਨਸ ਨੇ ਜੀ ਕਹਿੰਦੇ ਕਿ ਤੇ ਇਸ ਤੋਂ ਬਾਅਦ ਪੰਜਾਬ ਦੇ ਅਰਚਾਰੇ ਬਾਰੇ ਵੀ ਕੋਈ ਗੱਲ ਕਰੋ ਜੀ ਕਿੰਨਾ ਸਮਾਂ ਹੋ ਗਿਆ ਕੋਈ ਗੱਲ ਨਹੀਂ ਆ ਗਈ ਚੌਧਰੀ ਸਾਹਿਬ ਉਦਰੀ ਗੱਲ ਕਰ ਲੈਣੇ